ਵੜਿੰਗ ਜਿਹੜਾ ਕਹਿੰਦਾ ਸੀ ਮੈਂ ਇੱਥੇ ਜੰਮਿਆ ਮੈਂ ਇੱਥੇ ਆ ਉਹਨੇ ਦੇਖਿਆ ਵੀ ਲੁਧਿਆਣਾ ਗੁੱਡ ਲੱਗਦਾ ਲੁਧਿਆਣੇ ਵਿੱਚ ਪੈਸਾ ਚੰਗਾ ਇਕੱਠਾ ਹੈਗਾ ਵਪਾਰੀਆਂ ਕੋਲੇ ਤੇ ਉੱਥੇ ਜਾ ਕੇ ਲੜ ਲਿਆ ਹੁਣ ਇੱਥੇ ਬਾਈ ਇਲੈਕਸ਼ਨ ਦਾ ਬੋਝ ਆ ਲੋਕਾਂ ਤੇ ਪਿਆ ਆਪਾਂ ਗੱਲ ਕਰੇ ਡਿੰਪੀ ਟਿੱਲੋ ਕੱਲ ਤੱਕ ਅਕਾਲੀ ਦਲ ਚ ਸੀਗੇ ਅੱਜ ਸਾਰਿਆਂ ਨੂੰ ਪਤਾ ਆ ਜਿਹੜਾ ਆਮ ਆਦਮੀ ਚਲੇ ਗਿਆ ਆਦਮੀ ਆਮ ਆਦਮੀ ਦੇ ਜਿਹੜੇ ਦੋਨੇ ਲੀਡਰ ਸੀਗਾ ਉਹਨਾਂ ਨੂੰ ਖੁੰਝੇ ਲਾਤਾ ਚਾਹੇ ਉਹ ਆਪਾ ਸ਼ਰਮਾ ਜੀ ਹੋਣ ਚਾਹੇ ਸੁਖਜਿੰਦਰ ਹੋਵੇ ਟਰੈਕਟਰ ਤੇ 35 ਗਿਰਾਂ ਤੇ ਆਉਂਦਾ ਸੀਗਾ ਛੋਟੀ ਜੀ ਗੱਡੀ ਸੀ ਹੁਣ ਗ ਲੱਖਾਂ ਵਾਲੀ ਹੈ ਨਹੀਂ ਇਹ ਗੱਲ ਹੈਗੀ ਆ ਪਰ ਇਹ ਗੱਲ ਦੇਖੋ ਜੇ ਆਪਾਂ ਕਿ ਆਪਾਂ ਆਪਣੀ ਕਮਾਈ ਕੀਤੀ ਆ ਲਕੀਪੁਰ ਖੀਰੀ ਦੇ ਵਿੱਚ ਸਾਡੇ ਤੇ ਜੀਪਾਂ ਚੜਾਈਆਂ ਤੇ ਅੱਜ ਮਨਪ੍ਰੀਤ ਬਾਦਲ ਉਹੀ ਕਹਿੰਦਾ ਮੈਂ ਉੱਥੇ ਸ਼ੇਰ ਨੂੰ ਮਿਲ ਕੇ ਆਇਆ ਅਮਰਸ਼ਾਹ ਨੂੰ ਉਹਨੂੰ ਸ਼ੇਰ ਦੱਸਦਾ ਤੁਸੀਂ ਦੇਖਿਆ ਸ਼ੇਰਾਂ ਵਾਲਾ ਜਿਹੜਾ ਇਦਾਂ ਦੇ ਲੋਕਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਕਮਨੀ ਚੋਨਾ ਨੇ ਉਹਨਾਂ ਦਾ ਆਗਾਜ਼ ਹੋ ਚੁੱਕਿਆ ਸਾਡੇ ਨਾਲ ਗੁਰਪ੍ਰੀਤ ਕੋਟਲੀ ਹੋਣਗੇ ਗੱਲਬਾਤ ਕਰਾਂਗੇ ਤਮਾਮ ਜਿਹੜੀਆਂ ਚਰਚਾਾਂਵਾਂ ਚੱਲ ਰਹੀ ਨੇ ਤਮਾਮ ਮੁੱਦੇ ਨੇ ਸਵਾਗਤ ਆ ਬਾਈ ਸਭ ਤੋਂ ਪਹਿਲਾਂ ਕਰਤੀ ਬਹੁਤ ਬਹੁਤ ਧੰਨਵਾਦ ਰਣਜੀਤ ਬਾਈ ਤੇ ਸੱਚवाणी ਚੈਨਲ ਦਾ ਤੇ ਬਾਈ ਕਿਵੇਂ ਹੋ ਫਿਰ ਆ ਬਹੁਤ ਵਧੀਆ ਸਾਰਾ ਕੁਝ ਠੀਕ ਆ ਬਾਈ ਤੇ ਪੰਚਾਇਤੀ ਚੋਣਾਂ ਦਾ ਕੰਮ ਜਾਂ ਤਾਂ ਨਿਬੜ ਗਿਆ ਤੇ ਤੇ ਪੰਚਾਇਤੀ ਚੋਣਾਂ ਦਾ ਕੰਮ ਵੀ ਜਿਹੜਾ ਹੈਗਾ ਨਿਬੜ ਵੀ ਗਿਆ ਤੇ ਕਈ ਲੀਡਰਾਂ ਦਾ ਵੀ ਡਿੱਪੜ ਗਿਆ ਜਿਸ ਤਰ੍ਹਾਂ ਇੱਥੇ ੱੱਕੇ ਸ਼ੰਗਾਂ ਹੋਗਾ ਠੀਕ ਆ ਉਹ ਕਹਿੰਦੇ ਵੀ ਚਾਹੇ ਆਪਾਂ ਕਿਹਾ ਸ਼ਰਾਬ ਪ੍ਰਾਣੀਆਂ ਬੋਤਲ ਨਵੀਂ ਹੈ ਲੀਡਰਾਂ ਨੇ ਪਾਰਟੀਆਂ ਬਦਲੀਆਂ ਪਰ ਆਪਦੀ ਬਦਮਾਸ਼ੀ ਨਹੀਂ ਛੱਡੀ ਚਾਹੇ ਪਹਿਲਾਂ ਉਹ ਕਾਲੇਦਾਲ ਚ ਕਰਦੇ ਰਹੇ ਆ ਤੇ ਚਾਹੇ ਹੁਣ ਆਮ ਆਦਮੀ ਚ ਆ ਕੇ ਵੀ ਉਹਨਾਂ ਨੇ ਉਹੀ ਕੀਤਾ ਖਾਸ ਕਰਕੇ ਉਹਨਾਂ ਲੋਕਾਂ ਨਾਲ ਵੀ ਕੀਤਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਖੜੀ ਕੀਤੀ ਹੈ ਬਹੁਤ ਮਾੜੀ ਗੱਲ ਹੈ ਤੇ ਤੀਜਾ ਇਹ ਆ ਵੀ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਹੈ ਉਹਦਾ ਜਵਾਬ ਜਿਹੜਾ ਹੈਗਾ ਲੋਕ ਹੁਣ ਆਉਣ ਵਾਲੀ 13 ਤਰੀਕ ਨੂੰ ਦੇਣਗੇ ਸਿਰ ਪਊਆ ਲੱਗਦਾ ਪੰਚਾਇਤੀ ਚੋਣਾਂ ਚ ਜਿਸ ਤਰੀਕੇ ਨਾਲ ਹੋਇਆ ਕੁਝ ਹੋਇਆ ਉਹਦਾ ਅਸਰ ਪੈਣਾ ਵਿਧਾਨ ਸਭਾ ਬਿਲਕੁਲ ਸਾਰੀ ਚੀਜ਼ ਹੈ ਲੋਕ ਕਦੇ ਨਹੀਂ ਭੁੱਲਦੇ ਹੁੰਦੇ ਤੁਹਾਡੇ ਨਾਲ ਕੀ ਹੋਇਆ ਕਾਰਨ ਹੈ ਜੋ ਇਹਨਾਂ ਨੇ ਕੀਤਾ ਉਹ ਦੁਨੀਆਂ ਨੇ ਦੇਖਿਆ ਉਸ ਮਾਨਯੋਗ ਸੁਪਰੀਮ ਹਾਈ ਕੋਰਟ ਨੇ ਵੀ ਦੇਖਿਆ ਉਹ ਚੋਣ ਕਮਿਸ਼ਨ ਨੇ ਵੀ ਦੇਖਿਆ ਤੇ ਆਮ ਲੋਕ ਇੰਨੇ ਭੋਲੇ ਨਹੀਂ ਹੁੰਦੇ ਰੰਜੀਤਾ ਹਾਂ ਇਹ ਗੱਲ ਆ ਵੀ ਲੀਡਰਾਂ ਨੂੰ ਇਹ ਲੱਗਦਾ ਹੁੰਦਾ ਲੋਕ ਸੁੱਤੇ ਆ ਪਰ ਲੋਕ ਹਮੇਸ਼ਾ ਬਦਲਾਅ ਲੈ ਆਉਂਦੇ ਆ ਬਦਲਦੇ ਆ ਸੋ ਇਹਨਾਂ ਤੇ ਇਸ ਚੀਜ਼ਾਂ ਦਾ ਪ੍ਰਭਾਵ ਪੈਣਾ ਜਿਸ ਤਰ੍ਹਾਂ ਸਵੇਰੇ ਤੱਕ ਰਿਜ਼ਲਟ ਅਨਾਉਂਸ ਨਹੀਂ ਹੋਇਆ ਇੱਕ ਦੜਬਾ ਦੇ ਵਿੱਚ ਤੁਸੀਂ ਵੀ ਦੇਖਿਆ ਹਨਾ ਅੱਜ ਸਵੇਰੇ ਕਰਾ ਕੇ ਆਏ ਹੋ ਤੇ ਬਾਕੀ ਜਿੱਥੇ ਹਜੇ ਕੋਈ ਵੀ ਲਗਭਗ ਪੰਚਾਇਤਾਂ ਜਿਹੜੀਆਂ ਉਹਨਾਂ ਦੇ ਵਿੱਚ ਹਜੇ ਪੋਲਿੰਗ ਹੀ ਨਹੀਂ ਹੋਈ ਤਾਂ ਇਹ ਸਾਰਾ ਕੁਝ ਗਦੜਬਾ ਦੇ ਹਿਸਿਆ ਹੈ ਤੇ ਇਹਦਾ ਜਿਹੜਾ ਹੈਗਾ ਜਵਾਬ ਆਉਣ ਵਾਲਾ ਦੇਣਾ ਚਲੋ ਰੁਕ ਦੇਣਗੇ ਬਦਲਾ ਦੀ ਗੱਲ ਕੀਤੀ ਆ ਬਾਈ ਬਦਲਾ ਤਾਂ ਆਦੇ ਵੀ ਲਿਆਂਦਾ ਚਾੜੂ ਵਾਲੇ ਆ ਲਿਆਂਦਾ ਲੋਕ ਵੀ ਆਦੇ ਲਿਆਂਦਾ ਸੀ ਬਦਲਾ ਤਾਂ ਬਦਲਾ ਤੇ ਜਿਹੜਾ ਹੈਗਾ ਸਾਰੇ ਪਾਸੇ ਆਈ ਜਾਂਦਾ ਬਦਲਾ ਕੀ ਆ ਲੋਕ ਪਾਰਟੀਆਂ ਬਦਲੀ ਜਾਂਦੀਆਂ ਮਨਪ੍ਰੀਤ ਸਿੰਘ ਬਾਦਲਾ ਜਿਹੜੇ ਉਹ ਪਹਿਲਾਂ ਅਕਾਲੀ ਦਲ ਤੋਂ ਫਿਰ ਕਾਂਗਰਸ ਤੋਂ ਹੁੰਦੇ ਹੋਏ ਭਾਜਪਾ ਦੀ ਟਿਕਟ ਤੇ ਇਸ ਵਾਰ ਜਿਹੜਾ ਇਲੈਕਸ਼ਨ ਲੜਨ ਜਾ ਰਹੇ ਆ ਗਦੜਬਾ ਦੇ ਵਿੱਚ ਹੈ ਨਾ ਮੈਨੂੰ ਸਭ ਤੋਂ ਵੱਡਾ ਦੁੱਖ ਇਹ ਹੁੰਦਾ ਯਾਰ ਪਿਛਲੀ ਵਾਰੀ ਆਪਾਂ ਇਲੈਕਸ਼ਨ ਲੜਿਆ ਆਪਾਂ ਆ ਜਿਹੜਾ ਹੈਗਾ ਬਾਕੀਆਂ ਤੋਂ ਚਲੇ ਹਾਰ ਗਏ ਆਪਾਂ ਕਾਂਗਰਸ ਆਮ ਆਦਮੀ ਝਾੜੂ ਤੋਂ ਹਾਰ ਗਏ ਪਰ ਆਪਾਂ ਪਿਛਲੀ ਵਾਰੀ ਜਿਹੜਾ ਹੈਗਾ ਬੀਜੇਪੀ ਹਰਾਤੀ ਸੀ ਪਰ ਇਸ ਵਕਤ ਜਿਹੜਾ ਬੀਜੇਪੀ ਦੀ ਲਹਿਰ ਆ ਜਿਹੜੀ ਗਿੱਦੜਵਾ ਦੇ ਵਿੱਚ ਮਨਪ੍ਰੀਤ ਬਾਦਲ ਜਿਸ ਤਰ੍ਹਾਂ ਆਪਾਂ ਕਿਹਾ ਲੋਕਾਂ ਨੂੰ ਮਿਲ ਰਹੀ ਹੈ ਠੀਕ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਸਾਨਾਂ ਦੇ ਵਿਚਕਾਰ ਤੇ ਗਰੀਬਾਂ ਦੇ ਵਿਚਕਾਰ ਪਾੜਾ ਵਧਾ ਕੇ ਜਿਹੜੀ ਰਾਜਨੀਤੀ ਕਰ ਰਿਹਾ ਇਹ ਨੂੰ ਰੋਕਣ ਦੀ ਅੱਜ ਲੋੜ ਹੈ ਕਾਰਨ ਕਿਉਂਕਿ ਬੀਜੇਪੀ ਨੇ 750 ਤੋਂ ਜ਼ਿਆਦਾ ਕਿਸਾਨ ਸ਼ਹੀਦ ਕੀਤੇ ਬੀਜੇਪੀ ਸਾਡੀ ਆਪਾਂ ਕੀ ਕਾਤਲ ਜਮਾਤ ਆ ਜਿਨੇ ਹਰਿਆਣੇ ਦੇ ਬਾਰਡਰਾਂ ਤੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਤੇ ਜੀਪਾਂ ਚੜਾਈਆਂ ਤੇ ਅੱਜ ਮਨਪ੍ਰੀਤ ਬਾਦਲ ਉਹੀ ਕਹਿੰਦਾ ਮੈਂ ਉੱਥੇ ਸ਼ੇਰ ਨੂੰ ਮਿਲ ਕੇ ਆਇਆ ਅਮਿਤ ਸ਼ਾਹ ਨੂੰ ਉਹਨੂੰ ਸ਼ੇਰ ਦੱਸਦਾ ਤੁਸੀਂ ਦੇਖਿਆ ਸ਼ੇਰਾਂ ਵਾਲਾ ਜਿਹੜਾ ਇਦਾਂ ਦੇ ਲੋਕਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਭਾਜੀਪੀ ਜੇ ਗਿੱਦੜਵਾ ਦੇ ਵਿੱਚ ਕਾਸ ਕਰਕੇ ਕਿਉਂਕਿ ਸਾਡਾ ਪੈਂਡੂ ਹਲਕਾ ਗਿੱਦੜਵਾ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਪਤਾ ਆਪਾਂ ਕੀ 85 ਤੋਂ 90% ਵੋਟ ਆ ਜਿਹੜੀ ਪੈਂਡੂ ਹੈ ਤੇ ਪੈਂਡੂ ਜੇ ਅਸੀਂ ਇੱਥੇ ਵੀ ਮਨਪ੍ਰੀਤ ਬਾਦਲ ਕਾਮਯਾਬ ਹੋ ਜਾਂਦਾ ਤਾਂ ਇਹ ਸਾਡੇ ਵਾਸਤੇ ਬਹੁਤ ਦੁੱਖ ਦੀ ਘੜੀ ਹੈ ਦੂਜੀ ਗੱਲ ਹੈ ਸਾਰੇ ਪਾਰਟੀਆਂ ਬਦਲੇ ਹੋਏ ਆਪਾਂ ਗੱਲ ਕਰੇ ਡਿੰਪੀ ਟੱਲੋ ਕੱਲ ਤੱਕ ਅਕਾਲੀ ਦਲ ਚ ਸੀਗੇ ਅੱਜ ਸਾਰਿਆਂ ਨੂੰ ਪਤਾ ਜਿਹੜਾ ਆਮ ਆਦਮੀ ਚਲੇ ਗਿਆ ਆਦਮੀ ਆਮ ਆਦਮੀ ਦੇ ਜਿਹੜੇ ਦੋਨੇ ਲੀਡਰ ਸੀਗੇ ਉਹਨਾਂ ਨੂੰ ਖੁੰਝੇ ਲਾਤਾ ਚਾਹੇ ਉਹ ਆਪਾ ਸ਼ਰਮਾ ਜੀ ਹੋਣ ਚਾਹੇ ਸੁਖਜਿੰਦਰ ਉਹਨਾਂ ਨੂੰ ਤਾਂ ਲਾਉਣੇ ਸੀ ਨਾਲ ਜਿਹੜੇ ਮਾੜੇ ਮੋٹے ਸਿਰ ਕੱਢਦੇ ਸੀਗੇ ਉਹਨਾਂ ਨੂੰ ਇਹਨੇ ਜਾ ਕੇ ਉਹਨਾਂ ਦੀ ਔਕਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ ਕੀ ਕਰ ਲਿਆ 10 ਸਾਲਾਂ ਦੇ ਪਾਰਟੀ ਖੜੀ ਕਰਕੇ ਤੁਹਾਨੂੰ ਮੈਂ 1 ਮਿੰਟ 'ਚ ਆਇਆ ਜਿਵੇਂ ਆਪਾਂ ਕੇ ਮੱਖੀ ਨਹੀਂ ਕੱਢਦੇ ਹੁੰਦੇ ਦੁੱਧ ਚੋਂ ਉਵੇਂ ਕੱਢ ਕੇ ਸਾਰੇ ਨੂੰ ਬਾਹਰ ਮਾਰਿਆ ਤੁਸੀਂ ਦੇਖਿਆ ਹੋਣਾ ਐਸਡੀਐਮ ਦਫ਼ਤਰ ਦੇ ਬਾਹਰ ਕਿਦਾਂ ਸਾਰਾ ਕੁਝ ਹੋਇਆ ਸੋ ਤੀਜਾ ਲੀਡਰ ਆ ਉਹ ਹਲਕਾ ਹੀ ਬਦਲ ਗਿਆ ਰਾਜਾ ਵੜਿੰਗ ਜਿਹੜਾ ਕਹਿੰਦਾ ਸੀ ਮੈਂ ਇੱਥੇ ਜੰਮਿਆ ਮੈਂ ਇੱਥੇ ਆ ਉਹਨੇ ਦੇਖਿਆ ਵੀ ਲੁਧਿਆਣਾ ਗੁੱਡ ਲੱਗਦਾ ਲੁਧਿਆਣੇ ਵਿੱਚ ਪੈਸਾ ਚੰਗਾ ਇਕੱਠਾ ਹੈਗਾ ਵਪਾਰੀਆਂ ਕੋਲੇ ਤੇ ਉੱਥੇ ਜਾ ਕੇ ਲੜ ਲਿਆ ਹੁਣ ਇੱਥੇ ਬਾਈ ਇਲੈਕਸ਼ਨ ਦਾ ਬੋਝ ਆ ਲੋਕਾਂ ਤੇ ਪਿਆ ਪਰ ਆਪਾਂ ਜਿਹੜਾ ਹੈਗਾ ਫਿਰ ਤੋਂ ਜਿਹੜਾ ਕਿਸਾਨਾਂ ਵੱਲੋਂ ਆਪਾਂ ਇਲੈਕਸ਼ਨ ਲੜਾਂਗੇ ਤੇ ਇੱਥੇ ਜਿਹੜਾ ਆਉਣ ਵਾਲੇ 13 ਤਰੀਕ ਨੂੰ ਮੈਂ ਆਸ ਕਰਦਾ ਕਿ ਇਸ ਵਾਰ ਜਿਹੜਾ ਕਿਸਾਨ ਜਰੂਰ ਸਾਧਣਗੇ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਯਾਰ ਸਾਡੇ ਸਾਡਾ ਮੰਡੀਆਂ ਜਾ ਰਹੀਆਂ ਇਸ ਵਕਤ ਤੁਸੀਂ ਸਭ ਤੋਂ ਵੱਡਾ ਮੁੱਦਾ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਕਤ ਝੋਨਾ ਨਹੀਂ ਚੱਕਿਆ ਯਾਰ ਅਨਜੀਤ ਕੱਲ ਨੂੰ ਜਿਹੜਾ ਕਿਸਾਨਾਂ ਨੇ ਟੋਲ ਪਲਾਜ਼ੇ ਫ੍ਰੀ ਕਰਨੇ ਆ ਕਾਦੇ ਰੋਸ ਦੇ ਵਿੱਚ ਵੀ ਸਾਡਾ ਝੋਨਾ ਵਿਕ ਜੇ ਝੋਨਾ ਨਾ ਵਿਕਣਾ ਇੱਕ ਆਪਾਂ ਗਏ ਆ ਜਿਹੜਾ ਸੰਕਟ ਆ ਕਿਸਾਨਾਂ ਦੇ ਉੱਤੇ ਤਲਵਾਰ ਰੱਖੀ ਹੋਈ ਹੈ ਦੂਜਾ ਸਾਡੇ ਜਿਹੜਾ ਸ਼ੈਲਰ ਵਾਲੇ ਭਰਾਵਾਂ ਦਾ ਝੂਨਾ ਨਹੀਂ ਚੱਕਿਆ ਜਾ ਰਿਹਾ ਸ਼ੈਲਰਾਂ ਨੂੰ ਉਧਰੋਂ ਹੈ ਜਦੋਂ ਮੰਡੀਆਂ ਖਤਮ ਹੋਣਗੀਆਂ ਨਾਲ ਕਿਸਾਨ ਖਤਮ ਹੋਊਗਾ ਕਿਸਾਨ ਦੇ ਨਾਲ ਮਜ਼ਦੂਰ ਖਤਮ ਹੋਊਗਾ ਫਿਰ ਇਥੋਂ ਝਾਰ ਇਕੱਠਾ ਕਰਨ ਵਾਲੇ ਜਮ੍ਹਾਂ ਥੱਲੇ ਵਾਲਾ ਤਬਕਾ ਉਹ ਵੀ ਇਕੱਠਾ ਹੋਊਗਾ ਜੇਕਰ ਆਪਾਂ ਗੱਲ ਕਰੀਏ ਕਿਸਾਨ ਦੇ ਘਰੇ ਦਾਣੇ ਆਉਂਦਾ ਹਰ ਇੱਕ ਖਾਂਦਾ ਤੇ ਕਿਸਾਨਾਂ ਨੂੰ ਮੈਂ ਤੁਹਾਡੇ ਮਾਧਿਅਮ ਜਰਗੇ ਮਜ਼ਦੂਰਾਂ ਨੂੰ ਤੇ ਛੋਟੇ ਦੁਕਾਨਦਾਰਾਂ ਨੂੰ ਕਹਿੰਗਾ ਮਜ਼ਦੂਰਾਂ ਦੇ ਬੱਚਿਆਂ ਨੂੰ ਉਹਨਾਂ ਨੇ ਨਸ਼ਿਆਂ ਤੇ ਲਾ ਲਾ ਕੇ ਇਹਨਾਂ ਨਕਾਰਾ ਕਰ ਦਿੱਤਾ ਹੈ ਕਿ ਅੱਜ ਆਪਾਂ ਅਗੇ ਪਿੰਡਾਂ ਦੇ ਵਿੱਚ ਤੁਸੀਂ ਮਜ਼ਦੂਰ ਵਰਗਾਂ ਦਾ ਹਾਲ ਦੇਖੋ ਜਾ ਕੇ ਵੀ ਕੀ ਹੋਇਆ ਪਿਆ ਹਰ ਇੱਕ ਚੀਜ਼ ਇਹਨਾਂ ਨੇ ਖਤਮ ਆਇਆ ਛੋਟਾ ਵਪਾਰੀ ਹੈ ਉਹ ਉਹਨੂੰ ਕੀ ਪਲਾਜੇ ਕੱਟਦੇ ਆ ਅਹ ਠੀਕ ਆ ਵੱਡੇ ਵੱਡੇ ਤੇਰੇ ਸਾਹਮਣੇ ਕਨਾਲ ਕਨਾਲ ਦੇ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜੇ ਕਿਉਂਕਿ ਮੈਂ ਵੱਡੇ ਦੇਸ਼ਾਂ 'ਚ ਗਿਆ ਘੁੰਮਣ ਦਾ ਮੌਕਾ ਮਿਲਿਆ ਉੱਥੇ ਲਾਇਸੈਂਸ ਲੈ ਕੇ ਜੇ ਤੂੰ ਚਾਹ ਵੀ ਵੇਚਣੇ ਲਾਇਸੈਂਸ ਲੈ ਕੇ ਆ ਤੇ ਛੋਟੇ ਦੁਕਾਨਦਾਰ ਸਾਰਿਆਂ ਦਾ ਇਹਨਾਂ ਨੇ ਜਿਹੜਾ ਹੈਗਾ ਜੀਣਾ ਦੁੱਬਰ ਕਰਤਾ ਤਾਂ ਕਰਕੇ ਮੈਂ ਤੁਹਾਡੇ ਸਾਹਮਣੇ ਜ਼ਰੂਰ ਬੇਨਤੀ ਕਰਦਾ ਕਿ ਆਉਣ ਵਾਲੀ 13 ਤਰੀਕ ਨੂੰ ਤੁਹਾਡਾ ਭਰਾ ਇੱਥੋਂ ਇਲੈਕਸ਼ਨ ਲੜ ਰਿਹਾ ਤੇ ਇੱਥੇ ਆਪਾਂ ਜਿਹੜਾ ਹੈਗਾ ਇਸ ਵਾਰ ਆਪ ਦੇ ਧੀ ਪੁੱਤ ਨੂੰ ਜ਼ਰੂਰ ਮੌਕਾ ਦਿਗੇ ਗੁਰਪ੍ਰੀਤ ਮੇਰਾ ਸਵਾਲ ਸੀਗਾ ਜਿਵੇਂ ਤੁਸੀਂ ਕਿਹਾ ਵੀ ਲੀਡਰ ਉਹਦੇ ਆਉਂਦੇ ਇਲੈਕ ਨੇ ਵੋਟਾਂ ਦੇ ਦਿਨ ਆ ਗਈ ਨੇਰੇ ਲੀਡਰ ਮਾਰਦੇ ਗੇੜੇ ਹਨਾ ਗੀਤ ਆਇਆ ਸੀ ਗੁਰਪ੍ਰੀਤ ਵੀ ਗੇੜੇ ਹੋਣੇ ਵਜਣ ਲੱਗੇ ਆ ਪਹਿਲਾਂ ਕਿੱਧਰ ਜਾਵੜਿਆ ਸੀ ਜਰਨਜੀਤ ਆਪਾਂ ਦੇਖਿਆ ਜਾਗੇ ਤਾਂ ਤੁਸੀਂ ਵੀ ਉਹੀ ਆਧਾਰਾਂ 'ਚ ਕੰਮ ਕਰਦੇ ਹੋ ਆਪਾਂ ਲਗਾਤਾਰ ਜਿੱਥੇ ਕਿਸੇ ਦਾ ਝੋਨਾ ਨਹੀਂ ਵਿਗਦਾ ਸੀ ਜਾਂ ਕਿਸੇ ਨੇ ਆਪਾਂ ਕਹਗੇ ਸਾਡੇ ਭਰਾਵਾਂ ਨੇ ਸੀਵਰੇਜ ਦੀ ਸਮੱਸਿਆ ਸੀ ਕਿ ਗਿੱਦੜਵਾ ਦੇ ਵਿੱਚ ਚਾਹੇ ਹੁਣ ਮੁੰਡੇ ਉਥੇ ਗਿੱਦੜਵਾ ਪਿੰਡ ਦੇ ਵਿੱਚ ਸਾਰੀਆਂ ਸਮੱਸਿਆ ਲੈ ਕੇ ਧਾਰਨਾ ਹਨਾ ਹਰ ਥਾਂ ਦੇ ਜਿੱਥੇ ਸੱਦੇ ਆਪਾਂ ਕਵਰਜ ਕਰਨ ਗਏ ਆ ਪਰ ਤੁਹਾਨੂੰ ਹੀ ਪਤਾ ਲੋਕਾਂ ਨੂੰ ਕਈ ਵਾਰ ਇਹ ਲੱਗਦਾ ਵੀ ਪਤਾ ਨਹੀਂ ਅੱਗੇ ਨਹੀਂ ਆਇਆ ਹੈਨਾ ਕਿਉਂਕਿ ਪੇਜ ਉਹਨਾਂ ਨਹੀਂ ਚੱਲਦਾ ਕਾਰਨ ਕਿਉਂਕਿ ਭਗਵਾਨ ਤਮਾਨ ਸਰਕਾਰ ਦਾ ਉਹ ਕਹਿੰਦਾ ਵੀ ਜਿਹੜਾ ਕਿਸੇ ਨੂੰ ਮਾਰਦਾ ਉਹ ਵੀ ਮਰਦਾ ਬਲਤੇਜ ਪੰਨੂ ਜਿਨੇ ਤੁਹਾਡੇ ਪੇਜਾਂ ਦੇ ਰਿਪੋਰਟਾਂ ਮਾਰੀਆਂ ਮੇਰੇ ਦੀਆਂ ਪਾਰੀਆਂ ਸਾਡੇ ਵਰਗੇ ਕਿੰਨੇ ਹੀ ਸਾਡੇ ਜਿਹੜੇ ਹੈਗਾ ਸੋਸ਼ਲ ਮੀਡੀਆ ਤੇ ਐਕਟਿਵ ਭਰਾਵਾਂ ਨੇ ਰਿਪੋਰਟਾਂ ਮਾਰ ਮਾਰ ਕੇ ਆਪਣੇ ਪੇਜ ਜਮ੍ਹਾਂ ਹੀ ਖਤਮ ਕਰਤੇ ਠੀਕ ਆ ਤੁਹਾਡੇ ਮੂਹਰੇ ਅੱਗੇ ਤੁਹਾਡੀਆਂ ਵੀਡੀਓ ਚੱਲਦੇ ਹੋਏ ਮਿਲੀਅਨ ਮਿਲੀਅਨ 2 2 ਮਿਲੀਅਨ 4 4 ਮਿਲੀਅਨ ਅੱਜ ਆਉਂਦਾ ਉਹਨਾਂ ਵਿਊ 40000 50000 30000 ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਹ ਬੰਦਾ ਖਤਮ ਹੋ ਗਿਆ ਪਰ ਅਸੀਂ ਖਤਮ ਨਹੀਂ ਹੋਏ ਸਾਨੂੰ ਜਿਹੜਾ ਕਿ ਸਰਕਾਰਾਂ ਨੇ ਰਿਪੋਰਟਾਂ ਮਾਰ ਮਾਰ ਕੇ ਪੇਜ ਖਤਮ ਕੀ ਪਹਿਲਾਂ ਵੀ ਅੱਜ ਲਗਾਤਾਰ ਆਪਾਂ ਕਿਦਰਵਾ ਹਲਕੇ ਵਿੱਚ ਵਿਚਰੇ ਆ ਤੇ ਮੈਂ ਆਸ ਕਰਦਾ ਕਿ ਯਾਰ ਠੀਕ ਆ ਤੁਸੀਂ ਇੱਕ ਵਾਰੀ ਪਿਛਲੀ ਵਾਰੀ ਆਮ ਆਦਮੀ ਦੀ ਹਵਾ ਸੀਗੀ ਬਹੁਤ ਵੱਡੀ ਹਵਾ ਸੀਗੀ ਸਾਰਿਆਂ ਨੇ ਝਾੜੂ ਵਾਲਾ ਚਾ ਵੀ ਮੈਨੂੰ ਲੱਗਦਾ ਲਾ ਹੀ ਲਿਆ ਤਾਂ ਚੱਕਿਆ ਵੀ ਨਹੀਂ ਗਿਆ ਹੈਨਾ ਤੇ ਕਾਦੇ ਵਾਸਤੇ ਯਾਰ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਮੌਕਾ ਦੇ ਆਪਾਂ ਨੂੰ 2 ਸਾਲ ਜੇ ਮਿਲ ਜਾਣ ਤਾਂ ਆਪਾਂ ਜਿਹੜਾ ਖਾਸ ਕਰਕੇ ਆਪਾਂ ਕੱਲੇ ਮੈਂ ਉਦੋਂ ਵੀ ਗੱਲ ਕਹਿਣਾ ਵੀ ਆਪਾਂ ਡੰਡੇ ਖਾਣ ਨੂੰ ਨਹੀਂ ਪੈਦਾ ਹੋਏ ਯਾਰ ਅਸੀਂ ਧਰਨਿਆਂ ਨੇ ਸਮੱਸਿਆ ਹੱਲ ਨਹੀਂ ਕਰਨੀ ਜੇ ਅਸੀਂ ਧਰਨਾ ਕਿਹਦੇ ਵਿਰੁੱਧ ਲਾ ਰਿਹਾ ਸਰਕਾਰ ਵਿਰੁੱਧ ਲਾ ਰਿਹਾ ਜੇ ਕਿਸਾਨਾਂ ਆ ਉਹਦੀ ਸਰਕਾਰੀ ਬਣਾ ਲੈਣ ਮਜ਼ਦੂਰ ਆ ਉਹਦੀ ਸਰਕਾਰੀ ਬਣਾ ਲੈਣ ਛੋਟੇ ਕਿਰਤੀ ਜਮਾਤ ਜੇ ਸਾਰੀ ਇਕੱਠੀ ਹੋ ਜਾਏ ਚਾਹੇ ਦੁਕਾਨਦਾਰ ਆ ਕੋਈ ਵੀ ਬੰਦਾ ਜਿਹੜਾ ਆਪਦੇ ਹੱਕ ਸੱਚੀ ਕਰਕੇ ਖਾਂਦਾ ਤਾਂ ਆਪਾਂ ਨੂੰ ਕੌਣ ਲੋੜ ਹੈ ਅੱਜ ਮੈਨੂੰ ਪਤਾ ਅੱਜ ਸੁਖਬੀਰ ਅੱਜ ਇੱਕ ਪਾਸੇ ਸੁਖਬੀਰ ਆ ਇੱਕ ਪਾਸੇ ਰਾਜ ਆ ਇੱਕ ਪਾਸੇ ਭਗਵੰਤ ਮਾਣ ਆ ਇੱਕ ਪਾਸੇ ਆਪਾਂ ਗੱਲ ਕਰਗੇ ਮਨਪ੍ਰੀਤ ਬਾਦਲਾਮਿਤ ਸ਼ਾ ਇਹਨਾਂ ਨੂੰ ਆਪਣੀ ਵਿਗਾਰ ਰਹੀ ਹੈ ਕਿਉਂਕਿ ਇਹ ਆਪਦੇ ਆਪ ਨੂੰ ਧਣਾੜ ਖਾਉਂਦੇ ਇਹਨਾਂ ਨੂੰ ਲੱਗਦਾ ਵੀ ਕਿਸਾਨ ਤਾਂ ਕੱਲੇ ਧਰਨੇ ਵਾਸਤੇ ਹੀ ਹੈ ਮਜ਼ਦੂਰ ਕੱਲੇ ਧਰਨੇ ਵਾਸਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਸਾਡੇ ਧੀਆਂ ਪੁੱਤ ਅਜੇ ਜਾਉਂਦੇ ਆ ਜਿਹੜੇ ਨੂੰ ਵਿਗਾਰ ਹੀ ਪਉਣਗੇ ਹਰ ਪਲੇਟਫਾਰਮ ਤੇ ਆਪਾਂ ਲੜਾਂਗੇ ਆਪਾਂ ਆਪਦੇ ਪਲੇਟਫਾਰਮ ਦੇ ਥਰੂ ਜਿੱਦਾਂ ਕ ਆਪਣਾ ਚੈਨਲ ਸੀਗਾ ਸੋਸ਼ਲ ਮੀਡੀਆ ਥਰੂ ਆਪਾਂ ਨੂੰ ਜਿੱਥੇ ਕੋਈ ਸਾਦਾ ਆਪਾਂ ਹਮੇਸ਼ਾ ਉਹਨਾਂ ਦੀ ਗੱਲ ਉਠਾਈ ਹੈ ਚਾਹੇ ਚੰਡੀਗੜ੍ਹ ਮੋਰ ਚਲਾਇਆ ਚਾਹੇ ਕਮੈਂਟ ਆਉਂਦੇ ਆ ਲਗਾਤਾਰ ਕਮੈਂਟ ਆਉਂਦੇ ਆ ਅੱਗੇ ਗੁਰਪ੍ਰੀਤ ਲੱਖਾਂ ਵਾਲੀ ਹੈ ਨਹੀਂ ਇਹ ਗੱਲ ਹੈਗੀ ਆ ਪਰ ਇਹ ਗੱਲ ਦੇਖੋ ਜੇ ਆਪਾਂ ਕਿ ਆਪਾਂ ਆਪਦੀ ਕਮਾਈ ਕੀਤੀ ਆ ਆਪਾਂ YouTube ਤੋਂ ਕਮਾਈ ਕੀਤੀ ਆ ਆਪਾਂ Facebook ਤੋਂ ਕਮਾਈ ਕੀਤੀ ਆ ਆਪਾਂ ਆਪਦਾ ਹੋਰ ਆਜੀਵਿਕਾ ਜਿਹੜੇ ਸਾਧਨ ਹੈ ਮੈਂ ਪੜਿਆ ਲਿਖਿਆ ਹੈ ਨਾ ਜੋ ਮੈਂ ਪੜਾ ਕੇ ਜੋ ਵੀ ਕਿਦਾ ਟਿਊਸ਼ਨ ਜੋ ਵੀ ਕੰਮ ਕੀਤਾ ਉਹ ਤਾਂ ਜੱਗ ਜਾਰ ਹੈ ਠੀਕ ਆ ਤਰੱਕੀ ਕਰਨਾ ਹਰ ਦਾ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਤੁਹਾਡੇ ਭੈਣਾਂ ਦਾ ਭਰਾਵਾਂ ਦਾ ਸਾਥ ਤੁਹਾਡਾ ਦੇਖਣ ਵਾਲਾ ਦਾ ਸਾਥ ਕਿ ਅੱਜ ਚਲੋ ਯਾਰ ਜਿਹੜੇ ਕਰੇ ਸਾਈਕਲਾਂ ਤੇ ਅੱਜ ਗੱਡੀਆਂ ਵਾਲੇ ਕਰਦੇ ਸੋ ਵਧੀਆ ਲੱਗਦਾ ਇਹ ਗੱਲ ਹੈਗੀ ਆ ਹੁਣ ਆਪਾਂ ਨੂੰ ਥੋੜਾ ਪਹੁੰਚਣਾ ਵੀ ਸੌਖਾ ਬਿਲਕੁਲ ਭਾਈ ਕਿਵੇਂ ਲੱਗਦਾ ਕਿਵੇਂ ਆ ਮੁਕਾਬਲਾ ਜਿਵੇਂ ਹੁਣ ਦੇਖੀ ਆਪਾਂ 28 ਦਿਨ 29 ਦਿਨ ਰਹਿ ਗਏ ਸਾਰੇ 28 ਦਿਨ ਕਵਰ ਹੋ ਜੂ ਸਾਰਾ ਉਵੇਂ ਤਰੀਕੇ ਨਾਲ ਦੇਖੋ ਯਾਰ ਆਪਣਾ ਤਾਂ ਕਵਰ ਹੀ ਐ ਆਪਣਾ ਤਾਂ ਕਈ ਕਵਾੜਾ ਉਹੀ ਐ ਆਹੀ ਮੰਡੀਆਂ ਦੇ ਵਿੱਚ ਹੀ ਸਾਰਾ ਕੁਝ ਚੱਲਣਾ ਇਸ ਵਾਰ ਨਾ ਤਾਂ ਝੋਨਾ ਵਿਕਰਿਆ ਠੀਕ ਐ ਝੋਨਾ ਅਨ ਨੂੰ ਵਗਾਉਣ ਵਾਸਤੇ ਧਰਨੇ ਚੱਲੀ ਜਾਂਦੇ ਆਪਾਂ ਪਹਿਲਾਂ ਵੀ ਕਵਰੇਜ ਕਰ ਰਹੇ ਆਏ ਨਹੀਂ ਵੀ ਕੱਲ ਇਲੈਕਸ਼ਨ ਹੋਇਆ ਵੀ ਅੱਜ ਹੀ ਕਰਨ ਲੱਗੇ ਆ ਠੀਕ ਐ ਆਪਣਾ ਤਾਂ ਉਹੀ ਕਈ ਕਵਾੜਾ ਉਦੋਂ ਬਾਅਦ ਪ੍ਰਾਲੀ ਦਾ ਮੁੱਦਾ ਆ ਜਾਣ ਨਾ ਪਰਾਲੀ ਨਪਟਾਉਣ ਦੇ ਨਾਲ ਕੋਈ ਸਾਧਨ ਕੀਤਾ ਠੀਕ ਹੈ ਉੱਥੇ ਵੀ ਫਿਰ ਸਾਰਾ ਕੁਝ ਆਪਾਂ ਕਿਸਾਨਾਂ ਨਾਲ ਉਦੋਂ ਵੀ ਖੜੇ ਹੀ ਆ ਉਦੋਂ ਬਾਅਦ ਜਿਹੜਾ ਡੀਏਪੀ ਦਾ ਚੱਲ ਪੈਣਾ ਕਣਕ ਵੀਜਨ ਵੇਲੇ ਆਪਣੀ ਕਈ ਕੁਆੜੀ ਤਾਂ ਇਹਦਾ ਇਹਨਾਂ ਵਾਸਤੇ ਵੀ 26 ਦਿਨਾਂ 25 ਦਿਨ ਆਪਣੇ ਤਾਂ ਪੰਜੇ ਸਾਲ ਹੀ ਇੱਕੋ ਜੇ ਬਾਈ ਇੱਕੋ ਜਿਹੀ ਹੈ ਠੀਕ ਹੈ ਧੰਨਵਾਦ ਬਾਈ ਠੀਕ ਹੈ ਧੰਨਵਾਦ ਵੀਰੇ ਤਾਂ ਗੁਰਪ੍ਰੀਤ ਕੋਟਲੀ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਗਿੱਦੜਬਾਹਾ ਦੇ ਇਸ ਵਾਰ ਮੁੱਦੇ ਹੋਣਗੇ ਕਿਸਾਨੀ ਦੇ ਹੋਣਗੇ ਮਜ਼ਦੂਰਾਂ ਦੇ ਹੋਣਗੇ ਤੇ ਉਹ ਆਪਣੀ ਗੱਲ ਲੈ ਕੇ ਚੱਲਣਗੇ ਧੰਨਵਾਦ